ਹੈਲੋ ਜੀ, ਸਲਾਮ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਦੀ। ਮੇਰੇ ਵੱਲੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀ ਮੈਂ ਉਹੀ ਗੱਲ ਕਰਨੀ ਆ ਜੋ ਕਿ ਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਕੀਤੀ ਸੀ ਕਿ ਵੀਰਵਾਰ ਨੂੰ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਹੌਲੀ 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 ਘਟ ਜਾਣਗੀਆਂ। ਸੋ ਅੱਜ ਦੀ ਵੀਡੀਓ ਦੇ ਵਿੱਚ ਵੀ ਇੱਦਾਂ ਦੀ ਹੀ ਇੱਕ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਕਿ ਜਦੋਂ ਵੀ ਤੁਸੀਂ ਦਰਬਾਰ ਜਾ ਰਹੇ ਹੋ, ਚਾਹੇ ਨਕੋਦਰ ਦਰਬਾਰ ਜਾ ਰਹੇ ਹੋ ਜਾਂ ਤੁਸੀਂ ਕਿਸੇ ਵੀ ਦਰਬਾਰ ਦੇ ਉੱਤੇ ਜਾਂਦੇ ਹੋ, ਉਸ ਦਰਬਾਰ 'ਤੇ ਜਾਣ ਲੱਗੇ ਤੁਸੀਂ ਇਹ ਕੰਮ ਜ਼ਰੂਰ ਕਰ ਲਿਓ ਜਿਹਦੇ ਨਾਲ ਤੁਹਾਨੂੰ ਫਾਇਦਾ ਹੀ ਹੋਊਗਾ, ਕੋਈ ਘਾਟਾ ਨਹੀਂ ਹੋਊਗਾ। ਉਹ ਕੰਮ ਕਿਹੜਾ ਆ? ਜਦੋਂ ਵੀ ਤੁਸੀਂ ਨਕੋਦਰ ਦਰਬਾਰ ਜਾਣਾ ਜਾਂ ਕਿਸੇ ਵੀ ਪੀਰਾਂ ਫਕੀਰਾਂ ਦੇ ਦਰਬਾਰ ਜਾਣਾ ਨਾ ਸਲਾਮ ਕਰਨ ਵਾਸਤੇ, ਤਾਂ ਤੁਸੀਂ ਕੀ ਕਰਨਾ ਆ, ਕਿਸੇ ਸ਼ੋਪ ਦੇ ਉੱਤੋਂ ਇੱਕ ਸੋਹਣਾ ਜਿਹਾ ਵਧੀਆ ਜਿਹਾ ਇਤਰ ਜਾਂ ਪਰਫਿਊਮ, ਗੁਲਾਬ ਦਾ ਜਾਂ ਕਲੀਆਂ ਦਾ, ਇੱਦਾਂ ਦਾ ਕੋਈ ਵੀ ਇਤਰ ਲੈ ਕੇ ਦਰਬਾਰ ਜਾਓ। ਉੱਥੇ ਜਾ ਕੇ ਉਹ ਇਤਰ ਚੜ੍ਹਾ ਕੇ ਆਓ, ਪਰਫਿਊਮ ਚੜ੍ਹਾ ਕੇ ਆਓ। ਇਹਦਾ ਜਿਹੜਾ ਮਤਲਬ ਆ, ਜਿਹੜੀਆਂ ਸਰਕਾਰਾਂ ਨੇ, ਪੀਰ ਫਕੀਰ ਨੇ, ਇਹ ਕਹਿੰਦੇ ਖੁਸ਼ਬੂ ਤੋਂ ਬੜੇ ਖੁਸ਼ ਹੁੰਦੇ ਨੇ। ਤਾਂ ਜਦੋਂ ਤੁਸੀਂ ਉੱਥੇ ਇਤਰ ਲੈ ਕੇ ਜਾਣ ਲੱਗ ਗਏ, ਪਰਫਿਊਮ ਲੈ ਕੇ ਜਾਣ ਲੱਗ ਪਏ, ਉੱਥੇ ਚੜ੍ਹਾਉਣ ਲੱਗ ਗਏ ਉਹਨਾਂ ਦੇ, ਉਹਨਾਂ ਨੂੰ ਉਹ ਤੁਸੀਂ ਜਾ ਕੇ ਐਜ਼ ਆ ਗਿਫਟ ਵਜੋਂ ਤੁਸੀਂ ਦਿਓਗੇ, ਤਾਂ ਖੁਸ਼ ਹੋਣਗੇ, ਤਾਂ ਖੁਸ਼ ਹੋ ਕੇ ਤੁਹਾਡੇ ਜਿਹੜੇ ਦੁੱਖ ਨੇ ਉਹ ਦੂਰ ਕਰ ਦੇਣਗੇ, ਝੋਲੀਆਂ ਭਰ ਦੇਣਗੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਦੇ ਕੋਲ ਵੀ ਇਹ ਜਿਹੜੀ ਗੱਲ ਆ ਉਹ ਪਹੁੰਚ ਜਾਵੇ। ਜੈ ਸਾਈਂ ਜੀ ਦੀ।